ਆਪਣਾ ਨਾਂ ਦੱਸੋ, ਕਿਹੜੀ ਜਗ੍ਹਾ ਤੋਂ ਸਾਇਦੇ ਤੇ ਕੀ ਸਮੱਸਿਆ ਤੁਹਾਡੀ? ਇਹ ਮੈਂ ਜਨਾਬ ਮਰੋਠੀ ਦਾ ਰਹਿਣ ਵਾਲਾ, ਮਰੋਠੀ ਪੰਜਾਬ ਦਾ ਰਹਿਣ ਵਾਲਾ, ਕ੍ਰਿਸ਼ਨ ਸਿੰਘ ਮੇਰਾ ਨਾਂ। ਮੇਰੀ ਸਮੱਸਿਆ ਇਹ ਜਨਾਬ ਕਿ ਮੈਂ ਇੱਕ ਮਤਲਬ ਸ਼ਹਿਬ ਦਾ ਕੇਸ ਤਾਂ ਲਿੱਤਾ ਭਿੰਡੇ ਦਾ, ਔਰ ਜਨਾਬ ਇਹਦੇ 'ਚ ਮੇਰਾ ਅਨਸ਼ੋਰ ਜਗ੍ਹਾ ਸਾਲ ਕੱਢਦੇ ਨੇ, ਔਰ ਮਿੱਕੀ ਅਨਸ਼ੋਰ ਜਗ੍ਹਾ ਨਹੀਂ ਦਿੰਦੇ ਹਨ ਜਨਾਬ। ਮੇਰਾ ਬੰਦਿਆਂ ਨੇ ਹਨੇਰਾ ਜਨਾਬ, ਗਰੀਬ ਆਦਮੀ ਹੋ, ਮਿੱਕੀ ਕਦੇ ਉਦੀ ਜੁੜਾਉਂਦੇ, ਕਦੇ ਉਦੀ ਜੁੜਾਉਂਦੇ, ਔਰ ਮੈਂ ਮਜਬੂਰ ਹੋਈ ਚੁੱਕਾ ਜਨਾਬ, ਕਿਉਂਕਿ ਮੈਂ ਜਾਂ ਕੋਈ ਕੇਸ ਤੁੰਦੀ ਕੋਈ ਮੈਂ ਲੇਟ ਕੀਤੀ, ਮੈਂ ਕੇਸ ਵੀ ਟਨ ਚਲਾਦਾ, ਕੋਈ ਕੇਸ ਦੇ ਵਿੱਚ ਵੀ ਫਰਕ ਨਹੀਂ ਆਇਆ ਜਨਾਬ, ਔਰ ਮੇਰਾ ਸਾਲ ਅਨਸ਼ੋਰ ਕੱਢਦੇ ਨੇ ਜਨਾਬ, ਉਹਦਾ ਮਿੱਕੀ ਅਨਸ਼ੋਰ ਜਗ੍ਹਾ ਦਾ ਬਿਲਕੁਲ ਨਹੀਂ ਹੁੰਦਾ। ਮੇਰੇ ਬੰਦਿਆ ਜ਼ੁਲਮ ਹੈ ਜਨਾਬ, ਮੈਂ ਕਾਗਜ਼ ਪੱਤਰ ਵੀ ਓਕੇ ਕਰੀਏ ਦਿੰਦਾ ਨਹੀਂ, ਡਾਕਟਰ ਔਰ ਮਿੱਕੀ ਵੀ ਪੋਸਟਮਾਰਟਮ ਦਾ ਸਰਟੀਫਿਕੇਟ ਕੱਟੀਏ ਦਿੰਦੇ, ਮੈਂ ਇਨੀ ਭੇਜੂਦਾ, ਔਰ ਮੈਨੇਜਰ ਸਾਹਿਬ ਦੀ ਵੀ ਕੋਈ ਗਲਤੀ ਨਹੀਂ ਹੈ, ਮੈਨੇਜਰ ਸਾਹਿਬ ਵੀ ਭੇਜੂਦੇ, ਪੁੱਛਦੇ ਅਨਸ਼ੋਰ ਵਾਲੇ, ਜਿਸ ਵੇਲੇ ਅਨਸ਼ੋਰ ਵਾਲੇ ਕਹਿੰਦੇ ਕਿ ਜਨਾਬ ਇਹ ਥੋੜ੍ਹਾ ਕਾਗਜ਼ਾਂ 'ਚ ਫਰਕ ਹੈ, ਔਰ 18 ਮਹੀਨਾ ਬਾਅਦ ਮੇਰਾ ਕਾਗਜ਼ਾਂ 'ਚ ਫਰਕ ਨਿਕਲੇ ਦਾ, 18 ਮਹੀਨੇ ਕੁਹਾਂ ਰਹੇ ਸੁੱਤੇ ਹੋ। ਅਗਰ ਮੈਂ ਜਿਸ ਵੇਲੇ ਉੱਥੋਂ ਕਾਗਜ਼ ਦਿੰਦਾ, ਜਿਸ ਵੇਲੇ ਤਾਂ ਉਹ ਬੋਲਦੇ ਕਿਉਂ ਨਹੀਂ ਕਿ ਤੇਰੇ ਕਾਗਜ਼ 'ਚ ਭਾਈ ਡਾਕਟਰ ਨੇ ਸਰਟੀਫਿਕੇਟ ਗਲਤ ਕੱਟਿਆ, ਜਾਂ ਕੁਛ ਵੀ ਗਲਤੀ ਜੇ ਕੀ ਆਦਾ, ਫੌਰੀ ਤੌਰ ਅਸੀਂ ਸੁਣਾਉਣਾ ਚਾਹੀਦੀ ਉਹਨਾਂ ਕਿ ਭਾਈ ਫਲਾਣੀ ਗਲਤੀ ਥੋੜ੍ਹੀ ਜੇ ਕੀ ਹੈ, ਇਹ ਕਾਗਜ਼ ਤੁਹਾਡੇ ਸਹੀ ਨਹੀਂ ਬਣੇ ਹਨ, ਔਰ ਇਹਨੂੰ ਦੁਬਾਰਾ ਬਣਾਓ, ਔਰ 18 ਮਹੀਨੇ ਦਾ ਬਾਅਦ ਮੈਂ ਕੀ ਅਨਸ਼ੋਰ ਵਾਲੇ ਕਹਿੰਦੇ ਕਿ ਕਾਗਜ਼ ਜਿਹੜੇ ਨੇ ਇਹ ਥੋੜ੍ਹੇ ਗਲਤ ਨੇ, ਫਿਰ ਡਾਕਟਰ ਕੋਲ ਜਾਓ ਦੁਬਾਰੇ ਮਹਾਰਾਜ, ਅਤੇ ਡਾਕਟਰ ਹੀ ਕਿਸ਼ ਮੰਨੋ, ਅਤੇ ਇਹ ਕਾਗਜ਼ ਦੇ ਕੇ ਦੁਬਾਰੇ ਬਣਾਓ। ਡਾਕਟਰ ਨੇ ਪੋਸਟਮਾਰਟਮ ਠੀਕ ਕੀਤਾ? ਡਾਕਟਰ ਨੇ ਕੋਈ ਗਲਤੀ ਨਹੀਂ ਆਇਆ ਜਨਾਬ, ਡਾਕਟਰ ਨੇ ਮੈਂ ਜਦੋਂ ਵੀ ਮਤਲਬ ਪੋਸਟਮਾਰਟਮ ਦੀ ਰਿਪੋਰਟ ਦਿੱਤੀ ਉਹ ਓਕੇ ਕਰੀਏ ਦਿੱਤੀ, ਮੇਰੇ ਕੋਲ ਸਾਰੇ ਫੋਟੋ ਸਟੇਟ ਕਾਪੀਆਂ ਪੇ ਦੀਆਂ, ਔਰ ਸਾਰੀ ਗਲਤੀ ਜੇ ਕੀ ਹੈ ਅਨਸ਼ੋਰ ਵਾਲੇ ਦੀ, ਔਰ ਅਨਸ਼ੋਰ ਵਾਲੇ ਜੇ ਕੇ ਅੱਜੋ ਕੱਲੀ ਕਰਦੇ ਰਹੇ ਕਿ ਮਾਰੇ ਡਿਪਾਰਟਮੈਂਟ ਕੋਲ ਤੁਸੀਂ ਗਏ ਸੀ, ਪਰਸਨਟਰੀ ਡਿਪਾਰਟਮੈਂਟ ਕੋਲ ਤੁਸੀਂ ਗਏ, ਉਹਨੇ ਕੀ ਆਖਿਆ? ਉਹਨੇ ਆਖਿਆ ਜਨਾਬ ਕਿ ਕੋਈ ਗੱਲ ਨਹੀਂ, ਮਤਲਬ ਥੋੜ੍ਹਾ ਕਹਿੰਦਾ ਮਤਲਬ ਸਾਥ ਦਿੰਦੇ, ਅਨਸ਼ੋਰ ਵਾਲੇ ਪੁੱਛਦੇ ਕਿ ਕਿਹਨੀ ਪਾਉਂਦੇ ਕਿਹਨੀ ਦਿੰਦੇ, ਔਰ ਬੈਂਕ ਮੈਨੇਜਰ ਸਾਹਿਬ ਕੀ ਮੈਂ ਪੁੱਛਿਆ ਕਿ ਮੈਨੇਜਰ ਸਾਹਿਬ ਪੈਸੇ ਤੁਸ ਮੇਰੇ ਕੱਟਦੇ, ਔਰ ਪੈਸੇ ਤੁਸ ਮੇਰੇ ਦਵਾਓ, ਤੁਸ ਕੱਟਦੇ ਤਾਂ ਮੈਂ ਥੋੜ੍ਹਾ ਹੈਗਾ ਲੈਣਾ, ਜਾਂ ਮੈਂ ਦੇਣੇ ਨਹੀਂ ਤਾਂ ਜਾਂ ਨਹੀਂ ਲੈਣੇ ਮੈਂ। ਉਹ ਆਖਦੇ ਨਹੀਂ ਮਹਾਰਾਜ, ਅਸੀਂ ਕਾਨੂੰਨੀ ਤੌਰ ਜਿਹੜਾ ਸਾਡਾ ਮਤਲਬ ਕਾਨੂੰਨ ਦੇ ਵਿੱਚ ਆਉਂਦਾ, ਔਰ ਅਸੀਂ ਅਨਸ਼ੋਰ ਕੱਟਣਾ ਗਾ ਕੱਟਣਾ, ਤੁਸ ਅਨਸ਼ੋਰ ਵਾਲੇ ਹੀ ਪੁੱਛੋ, ਤਾਂ ਕਿ ਜਨਾਬ ਮੈਂ ਕਿ 4-5 ਦਬੇ ਨੇ ਭੇਜੀ ਚੁੱਕੇ ਨੇ, ਆਉਂ ਅਨਪੜਾ ਬੰਦਾ, ਮਾਲ ਮੇਰਾ ਪਿੱਛਾ ਦਰ ਵਧਾ ਰਿਹਾ ਜਨਾਬ, ਇਸ ਵੇਲੇ ਟਾਈਮ ਕੋਕਾ ਜ਼ਿਆਦਾ ਹੈ, ਅਤੇ ਮਿੱਕੀ ਜਨਾਬ ਮੈਂ ਕਿਰਾਇਆ ਭਾੜਿਆ ਵੇਚਾਂਗਾ ਮੁੱਕੀ ਜਾ, ਮੈਂ ਕਲੈਮ ਮਿੱਕੀ ਕੋਈ ਨਹੀਂ ਸੋਇਆ। ਕਿੰਨੇ ਪਿੰਡਾਂ ਦਾ ਕਲੇਮ ਹੈ? 6 ਪਿੰਡਿਆਂ ਮੇਰਾ ਕਲੈਮ ਹੈ ਜਨਾਬ, 4 ਮਹੀਨਿਆਂ ਮੇਰੀਆਂ ਤਕਰੀਬਨ 18-19 ਮਹੀਨੇ ਹੋਏ ਤੇ, ਔਰ 9 ਪਿੰਡਾਂ ਦੇ ਤਕਰੀਬਨ 8-9 ਮਹੀਨੇ ਹੋਏ ਤੇ, ਔਰ ਮਿੱਕੀ ਕੋਈ ਵੀ ਕਲੈਮ ਨਹੀਂ ਦੁਆਇਆ, ਔਰ ਮੈਂ ਫੋਨ ਕਰਦਾ ਅਨਸ਼ੋਰ ਵਾਲੇ, ਉਹ ਆਖਦੇ ਕਿ ਮਹਾਰਾਜ ਅਸੀਂ ਪੰਜਾਬ ਤਰਫੋਂ ਇੱਕ ਲੈਟਰ ਭੇਜੋ ਅਤੇ ਅਸੀਂ ਤੁਹਾਡੀ ਕੋਸ਼ਿਸ਼ ਕਰਨੇ, ਉਹ ਵੀ ਜਨਾਬ ਮੈਂ ਪੰਜਾਬ ਤਰਫੋਂ ਲੈਟਰ ਲਿਖੀਆ ਵੀ ਭੇਜਿਆ ਉਹਨੇ, ਉਹਨੇ ਉਸ ਦੇ ਉੱਪਰ ਵੀ ਅਮਲ ਨਹੀਂ ਕੀਤਾ, ਫਿਰ ਮੈਂ ਉਸ ਤੋਂ ਬਾਅਦ ਉਹਨੇ ਫੋਨ ਕੀਤਾ, ਉਹ ਮੀਂਹ ਕਰਦੇ ਤੁਸੀਂ ਬੋਲੇ ਤੇ ਕੁਣੋ, ਮੈਂ ਜਨਾਬ ਪਛਾਣ ਭੁੱਲੀ ਆ, ਮੈਂ ਕ੍ਰਿਸ਼ਨ ਸਿੰਘ ਮਰੋਠੀ ਦਾ ਬੋਲੇ ਤਾਂ, ਉਹ ਮਿੱਕੀ ਗਲਾਉਂਦੇ ਆ ਕਿ ਦੇਖਣੇ ਆਸ, ਔਰ ਉਸ ਤੋਂ ਬਾਅਦ ਮੈਂ ਉਹਨੂੰ ਗਲਾਇਆ ਕਿ ਦਿਖੀ ਆ ਮਿੱਕੀ, ਫੌਰ ਨੂੰ ਸੁਣਾਓ ਜਨਾਬ ਮੇਰੀ ਕੇਸ ਤਾਜ ਦੀ, ਮੈਂ ਅਨਸ਼ੋਰ ਜਮ੍ਹਾਂ ਕਰਾਉਣਾ, ਔਰ ਮੈਂ ਇਹਦਾ ਅਨਸ਼ੋਰ ਜਮ੍ਹਾਂ ਨਹੀਂ ਕਰਾਉਣਾ, ਔਰ ਮੈਂ ਕਿਸੇ ਅਫਸਰ ਦਾ ਪੇਸ਼ ਹੋਈ ਜਾਣਾ, ਔਰ ਉਹਨੇ ਮਿੱਕੀ ਗਲਾਇਆ ਕਿ ਕੋਈ ਗੱਲ ਨਹੀਂ, ਅਸੀਂ ਤੁਹਾਡੇ ਕਾਗਜ਼ ਦਿਖੀ ਆ, ਫੋਨ ਕਰਦੇ, ਔਰ ਉਸ ਤੋਂ ਬਾਅਦ ਮੈਂ ਫੋਨ ਕੀਤਾ, ਔਰ ਉਹਨੇ ਮੇਰਾ ਫੋਨ